ਇਹ ਇੱਕ ਸੰਗੀਤ ਦੇਣ ਵਾਲਾ ਅਦਭੁਤ ਖਿਡੌਣਾ ਹੈ। ਇਸ ਲਈ ਤੁਹਾਨੂੰ ਬੋਤਲ ਦਾ ਢੱਕਣ, ਪੁਰਾਣਾ ਸਕੈਚ ਪੈੱਨ, ਸਖ਼ਤ ਰੀਫਿਲ, ਗੁਬਾਰਾ ਅਤੇ ਰਬੜ ਬੈਂਡ ਚਾਹੀਦਾ ਹੈ। ਢੱਕਣ ਦੇ ਕੇਂਦਰ ਵਿੱਚ ਸੁਰਾਖ ਕਰੋ ਅਤੇ ਇੱਕ ਸੁਰਾਖ ਕਿਨਾਰੇ 'ਤੇ ਵੀ ਕਰੋ। ਰੀਫਿਲ ਨੂੰ ਕਿਨਾਰੇ ਵਾਲੇ ਸੁਰਾਖ ਵਿੱਚ ਪਾਓ। ਇਸ ਨੂੰ ਟਾਈਟ ਫਿੱਟ ਕਰ ਦਵੋ। 10 ਸੈਂਟੀਮੀਟਰ ਲੰਬਾ ਸਕੈਚ ਪੈੱਨ ਢੱਕਣ ਦੇ ਵਿਚਕਾਰ ਵਾਲੇ ਸੁਰਾਖ ਵਿੱਚ ਟਾਈਟ ਫਿੱਟ ਕਰ ਲਵੋ ਤਾਂ ਕਿ ਹਵਾ ਦਾ ਕੋਈ ਲੀਕੇਜ ਨਾ ਹੋਵੇ। ਹੁਣ ਫਟੇ ਹੋਏ ਗੁਬਾਰੇ ਨੂੰ ਦੀ ਮੈਂਬਰੇਨ ਨੂੰ ਢੱਕਣ 'ਤੇ ਚੜਾਓ। ਢੱਕਣ ਉੱਤੇ ਸਟ੍ਰੈਸਡ ਮੈਂਬਰੇਨ ਬਣ ਜਾਏਗੀ। ਇਸ ਨੂੰ ਉਸ ਜਗ੍ਹਾ 'ਤੇ ਰੱਖਣ ਲਈ ਰਬੜ ਬੈਂਡ ਚੜਾਓ। ਸਕੈਚ ਪੈੱਨ ਨੂੰ ਥੋੜ੍ਹਾ ਜਿਹਾ ਉੱਪਰ ਚੁੱਕੋ ਤਾਂ ਕਿ ਉਹ ਸਟ੍ਰੈਚ ਮੈਂਬਰੇਨ ਨੂੰ ਛੂਹ ਲਵੇ। ਰੀਫਿਲ ਦਾ ਹਿੱਸਾ ਮੂੰਹ ਵਿੱਚ ਰੱਖ ਕੇ ਵਜਾਓ ਅਤੇ ਇੱਕ ਦਮ ਅਦਭੁਤ ਸੰਗੀਤ ਆਵੇਗਾ। ਇਹ ਬੈਗ ਪਾਈਪਰਸ ਦੀ ਤਰ੍ਹਾਂ ਸੰਗੀਤ ਵਜਾਏਗਾ। ਸਕੈਚ ਪੈੱਨ ਦੇ ਸੁਰਾਖਾਂ ਨੂੰ ਬੰਦ ਅਤੇ ਖੋਲ੍ਹ ਕੇ ਅਲੱਗ ਅਲੱਗ ਤਰ੍ਹਾਂ ਦਾ ਸੰਗੀਤ ਪੈਦਾ ਕੀਤਾ ਜਾ ਸਕਦਾ ਹੈ।